ਅਰਦਾਸ ਕਰੀ ਵੱਲੋਂ ਇੱਕ ਕੰਪਿਊਟਰ ਪਾਣੀ ਦੀ ਗਾੜੀ ਦੇ ਉੱਤੇ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਹੈ। ਸਾਡੇ ਨਾਲ ਨੇ ਅਰਦਾਸ ਕਰੀ ਦੇ ਸਰਦਾਰ ਕੁਮਾਰ ਸਿੰਘ ਜੀ। ਸਰ ਤੁਸੀਂ ਅੱਜ ਜਿਹੜਾ ਆਰਗੇਨਾਈਜ਼ ਕੀਤਾ ਇਹਦੇ ਬਾਰੇ ਚਾਨਣਾ ਪਾਓ। ਅੱਜ ਅਸੀਂ ਇਹ ਆਜ਼ਾਦ ਗਰੁੱਪ ਅਤੇ ਮੋਹਾਲੀ ਡਿਵੈਲਪਮੈਂਟ ਐਡਵੈਂਚਰ ਸੁਸਾਇਟੀ ਜਿਹੜੀ ਬਣੀ ਹੋਈ ਹੈ ਉਹਦੇ ਸਹਿਯੋਗ ਉਹਨਾਂ ਦੇ ਜਤਨਾਂ ਸਦਕਾ ਸਾਰੇ ਲੜਕੀਆਂ ਦੇ ਜਤਨਾਂ ਸਦਕਾ ਸ਼੍ਰੀ ਦਿਆਜ ਨੂੰ ਸ਼੍ਰੀ ਭਗਤ ਸਿੰਘ ਉੱਤੇ ਔਰ ਕਿਸਾਨਾਂ ਅਤੇ ਜਿਹੜਾ ਖੇਤੀਆਂ ਦਾ ਅੰਦੋਲਨ ਚੱਲ ਰਿਹਾ ਉਹਨਾਂ ਨੂੰ ਸਮਰਪਿਤ ਇਹ ਕੈਂਪ ਜਿਹੜਾ ਕੈਂਪ ਲਾਇਆ ਜਿਹਦੇ ਵਿੱਚ ਲੋਕਾਂ ਨੇ ਬਹੁਤ ਸਾਰਾ ਜਿਹੜਾ ਉਤਸ਼ਾਹ ਦਿੱਤਾ ਔਰ ਹੁਣ ਤੱਕ 140-145 ਤੱਕ ਦੀਆਂ ਰਜਿਸਟਰੇਸ਼ਨ ਹੋ ਚੁੱਕੀਆਂ ਨੇ 14 ਤੱਕ। ਪਰ ਮੈਂ ਇਹ ਸਮਝਦਾ ਵੀ ਇਹ ਸਾਡੇ ਜਿਹੜੇ ਵਲੰਟੀਅਰ ਨੇ ਸਾਰੇ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਅੱਜ ਦੇ ਟਾਈਮ ਦੇ ਵਿੱਚ ਜਦੋਂ ਸੋ ਇਹ ਸਨ ਸਰਦਾਰ ਗਰੁੱਪ ਦੇ ਮੁਖੀ ਸਰਦਾਰ ਕੁਲਵੰਤ ਸਿੰਘ ਜੀ। ਬੀਤੇ ਦਿਨੋਂ ਜੋ ਵੁਮੈਨਸ ਡੇ ਮਨਾਇਆ ਗਿਆ ਸੀ ਉਸ ਦਿਨ ਵੀ ਇਹਨਾਂ ਨੇ ਉਸ ਮੌਕੇ ਦੇ ਉੱਤੇ ਪਲਾਂਟਸ ਵੱਟੇ ਸੀ ਪਰਿਆਵਰਣ ਨੂੰ ਸ਼ੁੱਧ ਕਰਨ ਵਾਸਤੇ। ਸੋ ਅੱਜ ਵੀ ਜੋ ਸਾਨੂੰ ਜਿਵੇਂ ਦੱਸਿਆ ਕਿ ਇਸ ਮੌਕੇ ਤੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੀ ਦੇ ਉੱਤੇ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਲੋਕਾਂ ਦੀ ਭਲਾਈ ਵਾਸਤੇ ਜਿਹੜੇ ਲੋੜਵੰਦ ਆ ਉਹਨਾਂ ਵਾਸਤੇ। ਸੋ ਅਸੀਂ ਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕਿਸੇ ਵੀ ਮੌਕੇ ਦੇ ਉੱਤੇ ਜੋ ਵੀ ਭਲਾਈ ਦੇ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ। ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੀ ਹਾਂ। ਮੈਨੂੰ ਮਤਲਬ ਖੂਨਦਾਨ ਕਰਕੇ ਏਦਾਂ ਮਹਿਸੂਸ ਹੋਇਆ ਵੀ ਮੈਂ ਜਿਹੜਾ ਖੂਨਦਾਨ ਕੀਤਾ ਉਹ ਕਿਸੇ ਦੇ ਕੰਮ ਆਵੇ, ਕਿਸੇ ਦੀ ਜ਼ਰੂਰਤ ਪੂਰੀ ਕਰ ਸਕੇ। ਮੈਂ ਹਰ ਇੱਕ ਯੂਥ ਨੂੰ ਇਹੀ ਕਹਿਣਾ ਚਾਹੁੰਦੀ, ਚਾਹੇ ਲੇਡੀਜ਼ ਆ ਚਾਹੇ ਜੈਂਟਸ ਆ, ਵੀ ਉਹ ਖੂਨਦਾਨ ਜ਼ਰੂਰ। ਮੈਡਮ ਜੀ ਬਾਰੇ ਦੱਸਦੀ ਕਿ ਮੈਡਮ ਜੀ ਤੀਸਰੀ ਵਾਰ ਤੁਸੀਂ ਇਲੈਕਟ ਹੋਏ ਹੋ। ਮੈਡਮ ਜੀ ਸੋਸ਼ਲ ਕੰਮਾਂ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਰਹੇ, ਬੜੇ ਵੱਧ ਚੜ੍ਹ ਕੇ ਲੋਕਾਂ ਦੇ ਕੰਮ ਆਉਂਦੇ ਹਨ। ਗਰੀਬਾਂ ਦੇ ਜਾਂ ਗਰੀਬ ਜਿਸੇ ਕਿਸੇ ਦੀ ਲੋੜ ਆ, ਕਿਸੇ ਨੂੰ ਪੈਸੇ ਦੀ ਜਾਂ ਕਿਸੇ ਨੂੰ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਔਕੜ ਆ ਰਹੀ ਹੈ ਅਤੇ ਉਹਨਾਂ ਦੇ ਨਾਲ ਕਾਫ਼ੀ ਹਰ ਤਰੀਕੇ ਦੀ ਮਦਦ ਕਰਕੇ ਕੰਧੇ ਦਾ ਕੰਧਾ ਨਾਲ ਵੀ ਖੜਦੇ ਹਨ। ਉਹਨਾਂ ਦੇ ਨਾਲ ਹਨ ਉਹਨਾਂ ਦੇ ਹਸਬੈਂਡ ਵੀ, ਆਓ ਇਹਨਾਂ ਤੋਂ ਵੀ ਪੁੱਛਦੇ ਹਾਂ। ਸਭ ਤੋਂ ਪਹਿਲਾਂ 2013 ਦੇ ਵਿੱਚ ਇਲੈਕਸ਼ਨ ਲੜੀ ਅਤੇ ਉਦੋਂ ਇਹ ਮੈਂਬਰ ਬਲੋਕ ਸਮਿਤੀ ਬਣੀ। ਉਸ ਤੋਂ ਉਪਰੰਤ ਸਾਡਾ ਫਿਰ ਜਿਹੜਾ ਹੈ ਚਾਰ ਤੋਂ ਸਾਡੇ ਲੜਾਈ, ਉਹਨਾਂ ਫਿਰ ਉਹਨਾਂ ਨੇ ਅਸਤੀਫਾ ਦੇ ਕੇ 2015 ਦੇ ਵਿੱਚ ਚੋਣ ਲੜੀ ਅਤੇ ਬੜੀ ਵਧੀਆ ਵੋਟਾਂ ਦੇ ਨਾਲ ਇਹ ਜਿੱਤ ਭਰਾ ਗਈ। ਅਤੇ ਹੁਣ ਜਿਹੜਾ ਹੈ 2021 ਦੇ ਵਿੱਚ ਅਤੇ ਤੀਜੀ ਵਾਰ ਇਹ ਮਿਊਨਸਪਲ ਕੌਂਸਲ ਬਣੇ ਨੇ, ਕਿਉਂ ਬਣੇ ਨੇ ਇਹਨਾਂ ਦੇ ਕੰਮਾਂ ਦਾ ਜੋ ਇਹਨਾਂ ਨੇ ਕੰਮ ਕੀਤਾ। ਅਸੀਂ ਦੱਸ ਦਈਏ ਕਿ ਸਾਡੇ ਪਿੰਡ ਦੇ ਜਿਹੜਾ ਹਾਲਾਤ ਸੀ ਬੜੇ ਮਾੜੇ ਸੀ ਅਤੇ ਗੋਹੇ ਦੇ ਢੇਰ ਲੱਗੇ ਹੋਏ ਸੀ, ਉੱਥੇ ਸਾਫ਼ ਪਾਣੀ ਪੀਣ ਵਾਲਾ ਨਹੀਂ ਸੀ, ਬਿਜਲੀ ਬੜੀ ਪ੍ਰੋਬਲਮ ਸੀ ਸਾਨੂੰ, ਸਾਡੀ ਰੋਡ ਜਿਹੜੀ ਨਹੀਂ ਬਣੀ ਸੀ, ਧਰਮਸ਼ਾਲਾ ਨਹੀਂ ਬਣੀ ਹੋਈ ਸੀ, ਅਤੇ ਬੱਚੇ ਜਿੱਥੇ ਸਾਡੇ ਛੋਟੇ ਬੱਚੇ ਪੜ੍ਹਨ ਜਾਂਦੇ ਆ ਉਹ ਸਕੂਲ ਦੇ ਵਿੱਚ ਬੈਠੋ ਖਾ ਰਹੇ ਸੀ, ਉਹ ਚੋਂਦਾ ਸੀ, ਉਹਦੇ ਵਿੱਚ ਪਾਣੀ ਵੜ ਜਾਂਦਾ ਸੀ। ਜਿਹੜੇ ਕਿ ਸਾਰੇ ਕੰਮ ਪਹਿਲਾਂ ਅਸੀਂ ਦੱਸਦੇ ਹਾਂ ਵੀ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਰੋਡ ਬਣਾਏ ਜਿੱਥੇ ਲਗਭਗ 1 ਕਰੋੜ ਰੁਪਇਆ ਖਰਚ ਹੋਇਆ, ਅਤੇ ਉਸ ਤੋਂ ਇਲਾਵਾ ਅਸੀਂ ਉਹਨੇ ਸਾਡੇ ਜਿਹੜੇ ਪਾਣੀ ਦੇ ਪੈਪ ਸੀ ਉਹ ਪਲਾਸੀ ਦੇ ਪੈਪ ਸੀ, ਪਲਾਸੀ ਦੇ ਪੈਪ ਅਸੀਂ ਭਰਵਾ ਕੇ ਲੋਹੇ ਦੇ ਪੈਪ ਹੋਏ ਨੇ ਜਿਨ੍ਹਾਂ ਦੀ ਤਕਰੀਬਨ 100 ਸਾਲ ਉਹਨਾਂ ਦੀ ਮਿਆਦ ਹੈ। ਉਸ ਤੋਂ ਬਾਅਦ ਅਸੀਂ 2 ਟੈਂਕ ਆਪਣੇ ਲਵਾਏ ਨੇ ਪੀਣ ਵਾਲੇ ਪਾਣੀ ਵਾਸਤੇ,
ठीक है, दो ट्यूब लगवाई फिर उपरांत उस तो बाद असी स्कूल बनवाया। सत श्री अकाल जी, मैं सिमरत सिंह गिल, वार्ड 17 मोहाली। असी अज आजाद ग्रुप ते मोहाली डिवेलपमेंट वेलफेयर एसोसीएशन दे वल्लों लगाए हुए खूनदान कैंप दे आए हैं ते अज इत्थे आके जिन्ने लोग देखे उन्हां नूं देख के सानूं बहुत खुशी महसूस हुई है कि जिथे भगत सिंह दे नां दे उत्ते इन्ना यूथ इकट्ठा हो जाता है उत्थे मैं पहला जिन्नी कि वारी देखिया कदे भी कोई खूनदान वास्ते अगे नहीं आया, पर अज इत्थे 200 दे करीब यूनिट खूनदान किए जा चुके हैं। खूनदान महादान समझा जाता है तो जिहड़े किन्ने ही लोगों के वास्ते मदद दे रूप दे विच वरत्या जा सकता है। तो मैं सब नूं यही अपील करना है कि वह जिथे भी मौका मिले कदे ना कदे अपनी लाइफ के खूनदान जरूर करन ते जिन्ने भी होर किसी भी तरह की मदद हो सकती है अपने आले दुआले खासकर गरीब लोगों की तो वह जरूर अपने वालों करन, क्योंकि गरीबों का सहारा या तो रब है या जिहदे कोल माड़े मोटे चार पैसे हैगे हैं वो कर सकता। तो मैं अच्छ बहुत ज़्यादा बधाई दिंदा सरदार कुलवंत सिंह जी को जिन्हां ने अज वड्डे लैवल दे उत्ते इह कैंप लाया, तो मैं तो इस कैंप नूं पूरा कामयाब समझा। बहुत अच्छा खूनदान महादान और यूथ जो साडे सरदार भगत सिंह जी साडे यूथ दे चानण मनारा उन्होंने चलते ने अजकल किसानां दी भी जो एजुकेशन चल रही है उहदे च भी साडे नौजवान बीबियां बढ़ चढ़ के हिस्सा लै रही हैं। मैं यही कहना चाहुंदी हाँ कि सानू उन्हां दे भगत सिंह दे पुरनियां ते चलना चाहिए ते समाज दे लई कुछ करना चाहिए। जिमें कि अज बहुत ही अच्छा लग्या कि बीबिया ने भी बहुत बढ़ चढ़ के खूनदान किया और यूथ नौजवानों ने मेरे बीबिया ने भी बहुत अच्छा खूनदान किया जिसे 200 की लोगों ने खूनदान। मैं सारे इन्होंने बधाई दी है अगे तो भी ये बढ़ चढ़ के शहीद भगत सिंह की याद में और जो किसान मजदूर एकता अंदोलन चल रहा है उन्होंने समर्थन अब इतने अपने याद ग्रुप के दफ्तर बुलाया जा रहा है। मैं हैरान हाँ कि मौसम खराब होने के बावजूद भी और जिते साढ़े पंजाब पंजाब में बदनाम किया जाता गया है जिस दौरान जो नौजवान बहुत नशेड़ी ने और मैं अज उन्होंने फड़ देख के मेरा सीर झुकता है नौजवान और मैं ये लगता है कि 200 के करीब लोग साठा हो गया मैं ये भी कहने कोई हर्ज नहीं भी अभी सिविल हॉस्पिटल छेपेज टीम आई है साढ़े वो भी ये गल कह रहे हैं भी कमाल हो गई भी अच्छ वर्किंग डेज के बावजूद भी सू उम्मीद नहीं थी कि इन्हें डॉनर थोड़े पास आएंगे तो यह सारी जी है सरदार कुलवंत सिंह जो अगवाई है उन्होंने अगवाई हेठ अभी पिछले 30 सालों को गवर्नमेंट के बैठक के काम करते आ रहे तो सू उम्मीद है भी अभी अगों भी जो उन्होंने विजन है नौजवानों वास्ते गरीबों वास्ते और मोहाली डिवेलपमेंट वास्ते जो जो काम भी उन्होंने हुक्म करे अच्छ मैं पिछले 8 मार्च तो भी मोहाली डिवेलपमेंट बढ़ने